ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਸੰਸਾਰ ਪ੍ਰਸਿੱਧ ਪ੍ਰਾਚੀਨ ਭਾਰਤੀ ਦਾਰਸ਼ਨਿਕ ਰਣਨੀਤੀਕਾਰ ਅਤੇ ਅਰਥ ਸ਼ਾਸਤਰੀ ਚਨਕਿਆ ਨੇ ਖੁਸ਼ੀ ਸਮੇਤ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਬਹੁਤ ਕਮਾਲ ਦੀ ਸੂਝ-ਬੂਝ ਪ੍ਰਦਾਨ ਕੀਤੀ ਹੈ ਚਨਕਿਆ ਦੀ ਸਿੱਖਿਆਮਾ ਵਿੱਚ ਅਜਿਹੇ ਸਿਧਾਂਤ ਸ਼ਾਮਿਲ ਹਨ ਜੋ ਤੁਹਾਡੀ ਖੁਸ਼ੀ ਵਿੱਚ ਅਥਾ ਵਾਅਦਾ ਕਰ ਸਕਦੇ ਹਨ ਜੇਕਰ ਤੁਸੀਂ ਚਾਣਕਿਆ ਦੀ ਬੁੱਧੀ ਤੋਂ ਪ੍ਰੇਰਿਤ ਇਹ ਪੰਜ ਸਿਧਾਂਤ ਆਪਣੇ ਜੀਵਨ ਵਿੱਚ ਲਾਗੂ ਕਰ ਲੈਂਦੇ ਹੋ ਤਾਂ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰਪੂਰ ਹੋ ਜਾਵੇਗਾ ਪਹਿਲਾ ਹੈ ਸਦਾ ਸ਼ੁਕਰਾਨਾ ਕਰਦੇ ਰਹੋ ਚਾਣਕਿਆ ਨੇ ਖੁਸ਼ੀ ਦੇ ਮਾਰਕ ਵੱਜੋਂ ਤਨਵਾਦ ਦੇ ਮਹੱਤਵ ਤੇ ਜ਼ੋਰ ਦਿੱਤਾ ਸਾਨੂੰ ਆਪਣਾ ਧਿਆਨ ਉਹਨਾਂ ਚੀਜ਼ਾਂ ਤੇ ਕੇਂਦ੍ਰਿਤ ਕਰਨਾ ਚਾਹੀਦਾ ਹੈ ਜੋ ਸਾਡੇ ਕੋਲ ਹਨ ਨਾ ਕਿ ਉਹਨਾਂ ਤੇ ਜਿਹੜੀਆਂ ਚੀਜ਼ਾਂ ਦੀ ਸਾਡੇ ਕੋਲੇ ਘਾਟ ਹੈ ਇਸ ਨਾਲ ਅਸੀਂ ਜ਼ਿੰਦਗੀ ਦੀਆਂ ਬਰਕਤਾਂ ਲਈ ਕਦਰ ਪੈਦਾ ਕਰਦੇ ਹਾਂ ਹਰ ਰੋਜ਼ ਉਹਨਾਂ ਚੀਜ਼ਾਂ ਤੇ ਵਿਚਾਰ ਕਰਨ ਲਈ ਸਮਾਂ ਕੱਢੋ ਜਿਨ੍ਹਾਂ ਲਈ ਤੁਸੀਂ ਸ਼ੁਕਰਗੁਜ਼ਾਰ ਹੋ ਭਾਵੇਂ ਇਹ ਪਰਿਵਾਰ ਦਾ ਪਿਆਰ ਹੋਵੇ ਚੰਗੀ ਸਿਹਤ ਹੋਵੇ ਜਾਂ ਸੁੰਦਰ ਸੂਰਜ ਚੜਨ ਵਰਗੀਆਂ ਸਧਾਰਨ ਖੁਸ਼ੀਆਂ ਹੋਣ ਦੂਸਰਾ ਹੈ ਸਬਰ ਸੰਤੋਖ ਨੂੰ ਗਲੇ ਲਗਾਓ ਚਾਨਕਿਆ ਦਾ ਮੰਨ ਸੀ ਕਿ ਸੰਤੁਸ਼ਟੀ ਸਭ ਤੋਂ ਵੱਡੀ ਦੌਲਤ ਹੈ ਭੌਤਿਕ ਸੰਪਤੀਆਂ ਜਾਂ ਬਾਹਰੀ ਪ੍ਰਮਾਨਿਕਤਾ ਦਾ ਲਗਾਤਾਰ ਪਿੱਛਾ ਕਰਨ ਦੀ ਬਜਾਏ ਸਾਦਗੀ ਵਿੱਚ ਆਨੰਦ ਪ੍ਰਾਪਤ ਕਰੋ ਅਤੇ ਅੰਦਰੂਨੀ ਸ਼ਾਂਤੀ ਦੀ ਭਾਵਨਾ ਪੈਦਾ ਕਰੋ ਪਛਾਣੋ ਕਿ ਸੱਚੀ ਸੁੱਚੀ ਖੁਸ਼ੀ ਅੰਦਰੋਂ ਆਉਂਦੀ ਹੈ ਅਤੇ ਇਹ ਬਾਹਰੀ ਹਾਲਾਤਾਂ ਤੇ ਨਿਰਭਰ ਨਹੀਂ ਹੈ ਤੀਸਰਾ ਪਹਿਲੂ ਹੈ ਆਤਮ ਨਰੀਖਣ ਦਾ ਅਭਿਆਸ ਕਰੋ ਚਾਨਕਿਆ ਨੇ ਨਿੱਜੀ ਵਿਕਾਸ ਅਤੇ ਖੁਸ਼ੀ ਲਈ ਜ਼ਰੂਰੀ ਸਾਧਨਾ ਵਜੋਂ ਸਵੈ ਜਾਗਰੂਕਤਾ ਅਤੇ ਆਤਮ ਨਰੀਖਣ ਦੀ ਵਕਾਲਤ ਕੀਤੀ ਆਪਣੀਆਂ ਸ਼ਕਤੀਆਂ ਕਮਜ਼ੋਰੀਆਂ ਅਤੇ ਕਦਰਾਂ ਕੀਮਤਾਂ ਨੂੰ ਸਮਝਣ ਲਈ ਸਵੈ ਪ੍ਰਤੀਬਿੰਬ ਲਈ ਸਮਾਂ ਕੱਢੋ ਆਪਣੇ ਆਪ ਨੂੰ ਡੂੰਘਾਈ ਨਾਲ ਜਾਣ ਕੇ ਤੁਸੀਂ ਅਜਿਹੇ ਚੋਣਾਂ ਕਰ ਸਕਦੇ ਹੋ ਜੋ ਤੁਹਾਡੇ ਪ੍ਰਮਾਣਿਕ ਸਵੈ ਨਾਲ ਮੇਲ ਖਾਂਦੀਆਂ ਹਨ ਅਤੇ ਵਧੇਰੇ ਪੂਰਤੀ ਵੱਲ ਲੈ ਕੇ ਜਾਂਦੀਆਂ ਨੇ ਚੌਥਾ ਸਿਧਾਂਤ ਹੈ ਨੇਕ ਗੁਣ ਪੈਦਾ ਕਰੋ ਚਾਨਕਿਆ ਨੇ ਦਿਆਲਤਾ ਦਇਆ ਅਤੇ ਇਮਾਨਦਾਰੀ ਵਰਗੇ ਗੁਣਾਂ ਦੇ ਗੁਣ ਪੈਦਾ ਕਰਨ ਦੇ ਮਹੱਤਵ ਤੇ ਜ਼ੋਰ ਦਿੰਦਾ ਹੈ ਇਹਨਾਂ ਗੁਣਾਂ ਨੂੰ ਆਪਣੇ ਵਿਚਾਰਾਂ ਸ਼ਬਦਾਂ ਅਤੇ ਕੰਮਾਂ ਵਿੱਚ ਧਾਰਨ ਕਰਕੇ ਤੁਸੀਂ ਆਪਣੀ ਖੁਸ਼ੀ ਦੇ ਨਾਲ ਨਾਲ ਦੂਜਿਆਂ ਦੀ ਭਲਾਈ ਵਿੱਚ ਯੋਗਦਾਨ ਪਾਉਂਦੇ ਹੋ ਆਪਣੇ ਸਾਰੇ ਪਰਸਪਰ ਪ੍ਰਭਾਵ ਵਿੱਚ ਇਮਾਨਦਾਰੀ ਦਿਆਲਤਾ ਅਤੇ ਹਮਦਰਦੀ ਨਾਲ ਰਹਿਣ ਦੀ ਕੋਸ਼ਿਸ਼ ਕਰੋ ਪੰਜਵਾਂ ਸਿਧਾਂਤ ਹੈ ਸੰਤੁਲਨ ਬਣਾਈ ਰੱਖੋ ਚਾਨਕਿਆ ਨੇ ਜੀਵਨ ਵਿੱਚ ਸੰਤੁਲਨ ਦੀ ਲੋੜ ਤੇ ਜ਼ੋਰ ਦਿੱਤਾ ਭਾਵੇਂ ਇਹ ਸੰਤੁਲਨ ਕੰਮ ਅਤੇ ਮਨੋਰੰਜਨ ਅਬਲਾਸ਼ਾ ਤੇ ਸੰਤੁਸ਼ਟੀ ਜਾਂ ਭੌਤਿਕ ਕੰਮਾਂ ਅਤੇ ਅਧਿਆਤਮਿਕ ਵਿਕਾਸ ਦੀ ਗੱਲ ਹੈ ਅਤਿਆਚਾਰਾਂ ਤੋਂ ਬਚੋ ਅਤੇ ਜੀਵਨ ਪ੍ਰਤੀ ਇੱਕ ਸੁਰਤਾਪੂਰਨ ਪਹੁੰਚ ਲਈ ਕੋਸ਼ਿਸ਼ ਕਰੋ ਜੋ ਸਮੁੱਚੀ ਭਲਾਈ ਨੂੰ ਤਰਜੀਹ ਦਿੰਦਾ ਹੈ ਉਹਨਾਂ ਗਤੀਵਿਧੀਆਂ ਲਈ ਸਮਾਂ ਕੱਢੋ ਜੋ ਤੁਹਾਡੇ ਦਿਮਾਗ ਸਰੀਰ ਅਤੇ ਆਤਮਾ ਨੂੰ ਪੋਸ਼ਣ ਦਿੰਦੀਆਂ ਹਨ ਚਾਹੇ ਇਹ ਆਪਣੇ ਮਿੱਤਰਾਂ ਪਿਆਰਿਆਂ ਨਾਲ ਸਮਾਂ ਬਿਤਾਉਣ ਸ਼ੌਂਕਾਂ ਦਾ ਪਿੱਛਾ ਕਰਨ ਜਾਂ ਮਾਨਸਿਕਤਾ ਦਾ ਅਭਿਆਸ ਕਰਨਾ ਹੋਵੇ ਹਾਲਾਂਕਿ ਚਾਨਕਿਆ ਦੀਆਂ ਇਹ ਸਿੱਖਿਆਵਾਂ ਸਦੀਆਂ ਪਹਿਲਾਂ ਸ਼ੁਰੂ ਹੋਈਆਂ ਨੇ ਪਰ ਉਹਨਾਂ ਦੀ ਸਦੀਵੀ ਬੁੱਧੀ ਇੱਕ ਸੰਪੂਰਨ ਅਤੇ ਖੁਸ਼ਹਾਲ ਜੀਵਨ ਜਿਉਣ ਲਈ ਜਿੰਮ ਤੇ ਸਮਝ ਪ੍ਰਦਾਨ ਕਰਦੀ ਹੈ ਇਹਨਾਂ ਸਿਧਾਂਤਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸ਼ਾਮਲ ਕਰਕੇ ਤੁਸੀਂ ਵਧੇਰੇ ਖੁਸ਼ੀ ਪੂਰਤੀ ਅਤੇ ਅੰਦਰੂਨੀ ਸ਼ਾਂਤੀ ਪੈਦਾ ਕਰ ਸਕਦੇ ਹੋ ਸਿਰਜਣਾ ਟੀਵੀ ਤੁਹਾਡੀ ਖੁਸ਼ੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹੈ ਖੁਸ਼ ਰਹੋ ਆਬਾਦ ਰਹੋ ਸਦਾ ਜ਼ਿੰਦਾ ਬਾਦ ਰਹੋ ਸਦਾ ਜ਼ਿੰਦਾ ਬਾਦ ਰਹੋ